ਕੋਈ ਆਦਮੀ ਰੋਟੀ ਪਕਾਵੇ ਤੇ ਦੁਕਾਨਦਾਰ ਭੁੱਖਾ ਨਾ ਮਰੇ। ਅਸੀਂ ਇਹ ਗੱਲ ਚਾਹੁੰਦੇ ਹਾਂ ਕਿ ਸਾਰੇ ਜਿੰਨੇ ਵੀ ਆਪਾਂ ਭੈਣ ਭਰਾ ਇੱਥੇ ਬੈਠੇ ਮਾਰਕੀਟ ਦੇ ਬੈਠੇ ਹਾਂ, ਇਹਨਾਂ ਅੱਗੇ ਸਾਰਿਆਂ ਅੱਗੇ ਦੇਖੋ ਸਾਡਾ ਜਿਹੜਾ ਪ੍ਰੋਟੈਸਟ ਆ ਬੜਾ ਸ਼ਾਂਤੀਪੂਰਵਕ ਆ। ਜੇਕਰ ਸਾਡੀ ਸੁਣੀ ਨਾ ਗਈ ਅਸੀਂ ਕਿਸੇ ਹੱਦ ਤੱਕ ਵੀ ਜਾਵਾਂਗੇ, ਕਿਉਂਕਿ ਬੰਦਾ ਭੁੱਖਾ ਹੋਇਆ ਬੰਦਾ ਮਰਨ ਮਰੂਮ ਤੇ ਵੀ ਆ ਜਾਂਦਾ। ਇਸ ਕਰਕੇ ਅਸੀਂ ਕਿਸੇ ਗੱਲ ਤੋਂ ਨਹੀਂ ਝਕਾਂਗੇ, ਸੜਕਾਂ ਵੀ ਰੋਕਾਂਗੇ, ਗੱਡੀਆਂ ਵੀ ਰੋਕਾਂਗੇ, ਅਫਸਰਾਂ ਦੇ ਘਰ ਜਾ ਕੇ ਪ੍ਰਿੰਟ ਸਾਹਿਬ ਵੀ ਕਰਾਂਗੇ। ਸੋ ਅੱਜ ਦਾ ਜਿਹੜਾ ਸਾਡਾ ਪ੍ਰਸ਼ਾਸਨ ਆ ਬੜਾ ਸ਼ਾਂਤੀਪੂਰਵਕ ਆ। ਸਾਡੀ ਮਾਰਕੀਟ ਜਿਹੜੀ ਆ ਉਹ ਕਦੇ ਵੀ ਅੱਜ ਤੱਕ ਪੂਰੇ ਚੰਡੀਗੜ੍ਹ ਦੇ ਵਿੱਚ ਜਿੰਨਾ 100 ਕਿਲੋਮੀਟਰ ਦੇ ਏਰੀਏ ਵਿੱਚ ਲੋਕ ਸਾਡੇ ਕੋਲ ਇੱਥੇ ਆ ਕੇ ਆਪਣਾ ਪਰਚੇਜਿੰਗ ਕਰਦੇ ਆ, ਔਰ ਸਾਡੀ ਬਹੁਤ ਵਧੀਆ ਮਾਰਕੀਟ ਆ, ਚੰਗਾ ਮਾਲ ਮਿਲਦਾ, ਸਸਤੇ ਦਾਮ ਤੇ ਮਿਲਦਾ। ਸੋ ਦੁਬਾਰਾ ਮੈਂ ਬੇਨਤੀ ਕਰਾਂਗਾ, ਸਾਡੇ ਪ੍ਰੈਸ ਸਾਥੀ ਆਏ ਆ, ਸਾਡੀ ਜਿਹੜੀ ਆਵਾਜ਼ ਬੁਲੰਦ ਕਰਨ ਵਾਸਤੇ ਤੁਹਾਡੀ ਤਾਕਤ ਬਹੁਤ ਆ ਕਲਮ ਦੇ ਵਿੱਚ, ਅਸੀਂ ਦੁਬਾਰਾ ਇਹ ਕਹਾਂਗੇ ਕਿ ਸਰਵੇ ਹੋਵੇ, ਪ੍ਰੋਪਰ ਹੋਵੇ, ਸਰਵੇ ਦਾ ਦੁਬਾਰਾ ਦੇਖਿਆ ਜਾਵੇ, ਇਹਨਾਂ ਲੋਕਾਂ ਨੂੰ ਕਿਤੇ ਉਹ ਜਗ੍ਹਾ ਤੇ ਖਾਲੀ ਤੇ ਬਿਠਾ ਕੇ ਇਹਨਾਂ ਦਾ ਰੁਪਿਆ ਚਲਾਇਆ ਜਾਵੇ, ਨਾ ਕਿ ਕਿਸੇ ਦੁਕਾਨ ਦੇ ਅੱਗੇ ਦੁਕਾਨ ਲਾ ਕੇ ਦਿੱਤੀ ਜਾਵੇ, ਤਾਂ ਜੋ ਲੋਕ ਇਹ ਪਾਰਕਿੰਗ ਸਾਡੀ ਜਿਹੜੀ ਆ ਦੇਖੋ ਬਾਹਰੋਂ ਸਾਡਾ ਜਿਹੜਾ ਬੰਦਾ ਆਉਂਦਾ ਵਾ ਆਣ ਕੇ ਪਾਰਕ ਦੇ ਵਿੱਚ ਗੱਡੀ ਖੜੀ ਕਰਦਾ, ਪਾਰਕ ਜਗ੍ਹਾ ਨਹੀਂ ਆ। ਸੋ ਇਹ ਪਾਰਕ ਜਿਹੜੀ ਬਿਲਕੁਲ ਖਾਲੀ ਕਰਾਉਣੀ ਚਾਹੁੰਦੀ ਆ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਟਰੈਫਿਕ ਰੱਖਣੀਆਂ ਨੇ, ਟਰੈਫਿਕ ਰੱਖਣਾ ਚਾਹੀਦਾ। ਖਾਸ ਕਰਕੇ ਦੇਖੋ ਜਿੰਨੇ ਵੀ ਬੰਦੇ ਬਾਹਰੋਂ ਆਉਂਦੇ ਆ ਉਹਨੂੰ ਚਲੋ ਗੱਡੀ ਨਹੀਂ ਲੱਗਣ ਮਿਲੇਗੀ, ਰਾਹ ਕਿੱਥੋਂ ਆਏਗਾ। ਸੋ ਸਾਰਿਆਂ ਅੱਗੇ ਸੱਚ ਅੱਗੇ ਬੇਨਤੀ ਆ, ਸ਼ਾਸਤਰੀ ਮਾਰਕੀਟ ਦੇ ਅੱਗੇ ਆ ਗਏ ਜਿਹਨਾਂ ਦੁਕਾਨਦਾਰ ਆ, ਅਸੀਂ ਲੋਕ ਸ਼ਾਂਤੀ ਦੇ ਨਾਲ ਪ੍ਰੋਟੈਸਟ ਕਰ ਰਹੇ ਹਾਂ ਔਰ ਕਰਾਂਗੇ। ਜੇਕਰ ਸਾਡੀ ਨਾ ਸੁਣਵਾਈ ਹੋਈ ਤਾਂ ਅਸੀਂ ਕੋਈ ਵੀ ਕਦਮ ਚੁੱਕ ਸਕਦੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।